फास्टवे की ओर से स्थानीय लोगों से बातचीत की गई जिसमें लोगों ने बदलाव की बात की क्यों और किस लिए आइए सुनते हैं ਸ਼੍ਰੀ ਨਸ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਪੁੱਛਣਾ ਚਾਹਨੀ ਆ ਕਿ ਜਿੱਦਾਂ ਸਾਡੇ 4 ਵਜੇ ਤੱਕ ਜਿਹੜੇ ਆ ਆਪਣੇ ਕੇਜਰੀਵਾਲ ਉਹ ਸਾਡੇ ਪਠਾਨਕੋਟ ਚ ਆ ਰਹੇ ਨੇ ਤੇ ਪ੍ਰੈਂਕਾ ਜਿਹੜੇ ਗਾਂਦੀ ਹੈ ਉਹ ਆ ਚੁੱਕੇ ਨੇ ਤੇ ਕੱਲ ਮੋਦੀ ਜੀ ਵੀ ਜਿਹੜੇ ਆ ਉੱਥੇ ਸਾਡੇ ਪਠਾਨਕੋਟ ਚ ਸਾਡੇ ਆਏ ਸੀਗੇ ਤੁਹਾਨੂੰ ਕੀ ਲੱਗਦਾ ਇਹ ਸਾਰੀਆਂ ਮਹਾ ਰੈਲੀਆਂ ਦੇ ਨਾਲ ਜਿਹੜੀ ਆਮ ਜਨਤਾ ਤੇ ਕੁਝ ਫਰਕ ਪਏਗਾ ਇਹ ਦੇਖੋ ਆਮ ਜਨਤਾ ਜੋ ਹੈ ਉਹਨ ਵਿਕਾਸ ਮੰਗਦੀ ਹੈ ਬਾਕੀ ਪਾਰਟੀਆਂ ਸਹੀਂ ਦੇਖ ਲਈਏ ਕਾਂਗਰਸ ਦੇਖ ਲਈਏ ਭਾਜਪਾ ਦੇਖ ਲਈਏ ਅੱਜ ਤੱਕ ਸਾਡੇ ਇਹ ਸਰਕਾਰਾਂ ਇਹ ਜਿਹੜੇ ਵੱਡੀਆਂ ਮਤਲਬ ਸੈਂਟਰ ਲੈਵਲ ਤੇ ਬੈਠਣ ਤੋਂ ਬਾਵਜੂਦ ਵੀ ਇਹਨਾਂ ਦੇ ਕੋਲ ਇੱਕੋ ਹੀ ਮੁੱਦਾ ਹੈ ਨਾਲੀਆਂ ਗਲੀਆਂ ਨਾਲੀਆਂ ਗਲੀਆਂ ਜਿਹਨਾਂ ਲੋਕਾਂ ਨੂੰ ਨਾਲੀਆਂ ਗਲੀਆਂ ਚ ਹੀ ਰਹਿ ਗਏ ਉਹਨਾਂ ਨੂੰ ਨਾਲੀਆਂ ਗਲੀਆਂ ਨਹੀਂ ਚਾਹੀਦੀਆਂ ਹੁਣ ਚਾਹੀਦਾ ਉਹਨਾਂ ਨੂੰ ਵਿਕਾਸ ਵਿਕਾਸ ਸਾਨੂੰ ਚਾਹੀਦਾ ਜੀ ਐਜੂਕੇਸ਼ਨ ਚ ਮੈਡੀਕਲ ਟਰਮ ਚ ਬੱਚੇ ਸਾਡੇ ਪੜ੍ਹੇ ਲਿਖਣਗੇ ਨਹੀਂ ਐਜੂਕੇਸ਼ਨ 'ਚ ਅੱਗੇ ਤਰੱਕੀ ਨਹੀਂ ਕਰ ਰਹੇ ਫਿਰ ਯੂਥ ਕੀ ਕਹਿੰਦਾ ਹੈ ਯੂਥ ਦੇ ਮਨ ਵਿੱਚ ਇਹੋ ਜਿਹਾ ਕਿਹੜਾ ਚਿਹਰਾ ਆਂਦਾ ਕਿ ਜਿਹੜਾ ਲੱਗਦਾ ਕਿ ਇਹ ਡਵੈਲਪਮੈਂਟ ਜੜੀਆ ਕਰਵਾ ਸਕਦਾ ਦੇਖੋ ਜੀ ਯੂਥ ਅੱਜਕੱਲ ਜੋ ਹੈ ਡਿਮਾਂਡ ਕਰਦਾ ਹੈ 90% ਦੀ ਉਹ ਹੈ ਕੇਜਰੀਵਾਲ ਸਾਹਿਬ ਉਹ ਹੈ ਸਾਡੇ ਭਗਵੰਦ ਮਾਨ ਸਾਹਿਬ ਇੱਥੇ ਔਰ ਸਾਡੇ ਬਬੂਤੀ ਸ਼ਰਮਾ ਜੀ ਜਿਨ੍ਹਾਂ ਨੇ ਪਹਿਲੇ ਵੀ ਕੰਮ ਕਰਵਾਏ ਹੈ ਬੇਸ਼ੱਕ ਦੂਸਰੀ ਪਾਰਟੀ 'ਚ ਸੀ ਬਟ ਉਤੋਂ ਵੀ ਉਹਨਾਂ ਨੇ ਕੰਮ ਕਰਵਾਏ ਜਦੋਂ ਉਹਨਾਂ ਨੂੰ ਲੱਗਿਆ ਕਿ ਨਹੀਂ ਪਾਰਟੀਆਂ ਜਿਹੜੀਆਂ ਗੁੱਟਬੰਦੀਆਂ ਕਰ ਰਹੀਆਂ ਲੋਕਾਂ ਦਾ ਕੰਮ ਨਹੀਂ ਹੋ ਪਾਰ ਰਿਹਾ ਉਹ ਫਰੰਟ ਫੇਸ ਤੇ ਆਏ ਔਰ ਸ ਰਾਜੀ ਹੂਤ ਜੋ ਪਠਾਨਕੋਟ ਦੀ ਡਿਮਾਂਡ ਹੈ ਉਹ ਬਬੂਤੀ ਸ਼ਰਮਾ ਜੀ ਦੀ ਡਿਮਾਂਡ ਹੈ ਕਿ ਕੰਮ ਹੋਏ ਹੈ ਔਰ ਕੰਮ ਹੋਣਗੇ ਦਾ ਇੱਕ ਸਲੋਗਨ ਜਿਹੜਾ ਆ ਆਮ ਆਦਮੀ ਪਾਰਟੀ ਦਾ ਚੱਲ ਰਿਹਾ ਹੈ ਕਿ ਇੱਕ ਮੌਕਾ ਕੇਜਰੀਵਾਲ ਨੂੰ ਤੇ ਮਤਲਬ ਇਹ ਸਲੋਗਨ ਕਿੱਥੇ ਤੱਕ ਜੜਾ ਹੈ ਉਹ ਸਹੀ ਸਾਬਿਤ ਹੋ ਰਿਹਾ ਹੈ ਸਲੋਗਨ ਕੀ ਜਿਸ ਤਰ੍ਹਾਂ ਕਹ ਰਿਹਾ ਕਿ ਅਹੀਂ ਆਮ ਆਦਮੀ ਪਾਰਟੀ ਦਾ ਬਦਲਾਵ ਬਦਲਾਵ ਲੈ ਲੋ ਕਿ ਇਨ ਫਿਊਚਰ ਹਮ ਫਿਊਚਰ ਨੂੰ ਲੈ ਕੇ ਅਸੀਂ ਬਦਲਾਵ ਚਾਹਨੇ ਆ ਆਮ ਆਦਮੀ ਪਾਰਟੀ ਦੇ ਅਕੋਰਡਿੰਗ ਸਾਡੇ ਇੱਕ ਆਪਸ਼ਨ ਹੈ অপশন ਹੈ ਇੱਕ ਸੁਨਹਿਰੀ ਮੌਕਾ ਹੈ ਮੈਂ ਕਹਿੰਦਾ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਸੁਨਹਿਰੀ ਮੌਕਾ ਮਿਲਿਆ ਹੈ ਇਸ ਮੌਕੇ ਨੂੰ ਗਵਾਉਣਾ ਨਹੀਂ ਚਾਹੀਦਾ ਇਸ ਕਰਕੇ ਅਸੀਂ ਆਮ ਆਦਮੀ ਪਾਰਟੀ ਨੂੰ ਵਿਜੇ ਹਾਸਿਲ ਕਰਵਾਵਾਂਗੇ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਮੌਕਾ ਦੋਗੇ ਤੇ ਤੁਹਾਡੇ ਪਠਾਨਕੋਟ ਦਾ ਜੜਾ ਆ ਉਹ ਨਕਸ਼ਾ ਚੇਂਜ ਹੋ ਜਾਏਗਾ ਬਿਲਕੁਲ ਜੀ ਸਾਨੂੰ ਪੂਰਾ ਵਿਸ਼ਵਾਸ ਹੈ ਜੀ ਕਿ ਭਗਵੰਤ ਮਾਨ ਜੀ ਜਦੋਂ ਸਾਡੇ ਸੀਐਮ ਬਣਨਗੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਆਪਣੇ ਜੋ ਉਹਨਾਂ ਦਾ ਟਾਰਗੇਟ ਜੋ ਉਹਨਾਂ ਦਾ ਵਰਕ ਹੈ ਜੋ ਉਹਨਾਂ ਨੇ ਰੋਡ ਮੈਪ ਲੈ ਆਇਆ ਹੈ ਪ੍ਰੋਪਰਲੀ ਉਹ ਆਪਣਾ ਕੰਮ ਵੁਲੰਤੀ ਦੇ ਲੈ ਕੇ ਜਾਣਗੇ। ਜਨਤਾ ਦੇ ਹਿਸਾਬ ਦੇ ਨਾਲ ਜਿਹੜਾ ਇੱਕ ਵਧੀਆ ਨੇਤਾ ਆ ਉਹ ਕਿੱਦਾਂ ਦਾ ਹੋਣਾ ਚਾਹੀਦਾ। ਸਾਡੇ ਵਿਜਬਰ ਕੀ ਐਮਐਲਏ ਵਰਗੇ ਵਧੀਆ ਅੱਛੇ ਐਮਐਲਏ ਸਾਡੇ। ਅਰੇ ਹਰੇ ਸਾਡੇ ਬਾਰ ਦਾ ਸਾਡੇ ਸਾਡੇ ਸਾਰੇ ਪਠਾਨਗਰ ਦਾ ਸੁਧਾਰ ਕੀਤਾ ਜੀ। ਕਈ ਕੰਮ ਜਿਹੜੇ ਆ ਵੀ ਅਸੀਂ ਨਹੀਂ ਵੀ ਜਰਸ ਜਿਹੜੇ ਕੰਮ ਉਹਨਾਂ ਕੀਤੀ ਹੈ। ਕਾਫੀ ਜ ਕਾਫੀ ਜ਼ਿਆਦਾ ਕੰਮ ਕੀਤਾ ਹੈ ਜੀ ਨੇਤਾ ਨੂੰ ਚਾਹੀਦੀ। ਇਲੈਕਸ਼ਨ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਤੇ ਇੱਕ ਜਿਹੜਾ ਵਧੀਆ ਨੇਤਾ ਆ ਉਹ ਕਿੱਦਾਂ ਦਾ ਹੋਣਾ ਚਾਹੀਦਾ। ਦੇਖੋ ਮੈਮ ਕਿ ਮੈਂ ਜੰਮਿਆਂ ਪਲੇਿਆਂ ਪਠਾਨਕੋਟ ਆ ਪਠਾਨਕੋਟ ਦੀ ਰਾਜਨੀਤੀ ਨੂੰ ਮੈਂ ਬੜੀ ਨਜ਼ਦੀਕ ਤਰ੍ਹਾਂ ਦਾ ਜਾਣਨਾ ਲੇਕਿਨ ਇੱਥੇ ਪਠਾਨਕੋਟ ਦੀ ਇਹ ਬਦਕਿਸਮਤੀ ਰਹੀ ਆ ਕਿ ਜਿਹੜਾ ਵੀ ਨੇਤਾ ਆ ਉਹਨੇ ਕੋਈ ਇਨਾ ਵਧੀਆ ਕਾਰਜਕਰਮ ਨਹੀਂ ਕੀਤਾ ਹਾਂ ਕੁਛ ਇੱਕ ਕੀਤੇ ਵੀ ਹੈਗੇ ਆ ਇਹ ਨਹੀਂ ਆ ਕਿ ਨਹੀਂ ਕੀਤਾ ਲੇਕਿਨ ਜਿੰਨਾ ਇਹ ਕਹਿੰਦੇ ਨੇ ਕੀਤਾ ਉਹ ਨਾ ਹੋਇੰਦਾ ਨਹੀਂ ਆ ਪ੍ਰੈਕਟੀਕਲੀ ਉਹ ਨਾ ਹੁੰਦਾ ਲੇਕਿਨ ਫਿਰ ਵੀ ਚਲੋ ਸਾਡੀ ਇਹ ਹੀ ਸੋਚ ਆ ਕਿ ਕੋਈ ਅੱਛੀ ਸਰਕਾਰ ਆਏ ਅੱਛਾ ਮੁੱਖ ਮੰਤਰੀ ਆਏ ਔਰ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦਵੇ ਘਟੋ ਘਟ ਮੇਰਾ ਆਪਣਾ ਬੇਟਾ ਬੀਟਕ ਦਾ 5 ਸਾਲਾਂ ਤੋਂ ਤੱਕੇ ਖਾ ਰਿਆ ਬਿਲਕੁਲ ਔਰ ਮੈਨੂੰ ਪਤਾ ਕਿ ਮੈਂ ਉਹਨੂੰ ਕਿਸ ਹਿਸਾਬ ਨਾਲ ਪੜਾਇਆ ਮੈਨੂੰ ਪਤਾ ਕਿ ਇੱਕ ਮਜ਼ਦੂਰ ਬੰਦਾ ਚਲੋ ਮੈਂ ਮਜ਼ਦੂਰ ਨਹੀਂ ਛੋਟੀ-ਬੁਟੀ ਪ੍ਰਾਈਵੇਟ ਨੌਕਰੀ ਕਰ ਰਿਹਾ ਮੈਂ ਮੈਨੂੰ ਪਤਾ ਕਿ ਮੈਂ ਕਿਸ ਹਿਸਾਬ ਨਾਲ ਪੜਾਇਆ ਕਿਸ ਹਿਸਾਬ ਨਾਲ ਉਹਦੀਆਂ ਫੀਸਾਂ ਦਿੱਤੀਆਂ ਨੇ ਲੇਕਿਨ ਆਉਟਪੁੱਟ ਹਾਲੀ ਤੱਕ ਜ਼ੀਰੋ ਹੈ ਸਿਰ ਤੁਹਾਨੂੰ ਕੀ ਲੱਗਦਾ ਫਿਰ ਤੁਹਾਨੂੰ ਕਿਹੜਾ ਚਿਹਰਾ ਜੜਾ ਹੈ ਉਹ ਸਾਹਮਣੇ ਆਂਦਾ ਕਿ ਤੁਹਾਨੂੰ ਲੱਗਦਾ ਕਿ ਉਹ ਸਾਡੇ ਰੋਜ਼ਗਾਰ ਜੜਾ ਲਿਆ ਸਕਦੇ ਆ ਦੇਖੋ ਨਾ ਹੁਣ ਤੇ ਇਹ ਲੀਡਰ ਸਾਰੇ ਤੇ ਵਾਅਦੇ ਕਰ ਰਹ ਵਾਅਦੇ ਤੇ ਸਾਰੇ ਕਰ ਰਿਹਾ ਲੇਕਿਨ ਦੇਖੋ ਉਹਨ ਕਿਹੜਾ ਵਾਦੇ ਪੂਰੇ ਕਰਦਾ ਦੇਖੋ ਕੋਈ ਕਹਿ ਰਿਹਾ ਕਿ ਮੈਂ 10 ਸਿਲੰਡਰ ਦਵਾਗਾ ਕੋਈ ਕਹਿ ਰਿਹਾ ਮੈਂ 2 ਲੱਖ ਨੌਕਰੀਆਂ ਦਵਾਗਾ ਕੋਈ ਕੁਝ ਕਹਿ ਰਿਹਾ ਲੇਕਿਨ ਪਿਛਲੀ ਸਰਕਾਰ ਨੇ ਵੀ ਕਿਹਾ ਸੀ ਕਿ ਹਰ ਘਰ ਨੂੰ ਇੱਕ ਰੋਜ਼ਗਾਰ ਦਿੱਤਾ ਜਾਏਗਾ ਫਾਰਮ ਵੀ ਭਰੇ ਉਹਨਾਂ ਦੇ ਸ਼ਾਇਦ ਮੇਰੇ ਬੇਟੇ ਨੇ ਵੀ ਭਰਿਆ ਹੋਏਗਾ ਲੇਕਿਨ ਰਿਜ਼ਲਟ ਜ਼ੀਰੋ ਹੈ ਤਾਂ ਕਿ ਸਰ ਤੁਸੀਂ ਜਾਣਦੇ ਹੋ ਸਾਡੇ ਤਿੰਨ ਚਿਹਰੇ ਸੀਐਮ ਚਿਹਰੇ ਜੜੇ ਆ ਸਾਡੇ ਸਾਹਮਣੇ ਆ ਚੁੱਕੇ ਨੇ ਤੇ ਤੁਹਾਨੂੰ ਕੀ ਲੱਗਦਾ ਕਿਹੜਾ ਇਹੋ ਜਿਹਾ ਚਿਹਰਾ ਆ ਕਿ ਜਿਹੜਾ ਸਾਡੇ ਪੂਰੇ ਪੰਜਾਬ ਦਾ ਸਾਡੇ ਪਠਾਨਕੋਟ ਸਿਟੀ ਦਾ ਜਿਹੜਾ ਉਹ ਵਿਕਾਸ ਕਰਾ ਦੇਖੋ ਜੀ ਪਠਾਨਕੋਟ ਸਿੱਧੀ ਦਾ ਜਿਹੜਾ ਵਿਕਾਸ ਹੈ ਸੀਐਮ ਚੇਦੇ ਦਾ ਤੇ ਪਤਾ ਨਹੀਂ ਹਲੇ ਕੌਣ ਆਏਗਾ ਇਹ ਪੂਰੇ ਪੰਜਾਬ ਦੇ ਵਿੱਚ ਲੇਕਿਨ ਪਠਾਨਕੋਟ ਦੇ ਵਿਕਾਸ ਲਈ ਜਿਹ ਜੋ ਅਸ਼wini ਸ਼ਰਮਾ ਜੀ ਨੇ ਲਾਸਟ ਆਪਣੇ ਟਿਨਿਓਰ ਦੇ ਵਿੱਚ ਕੀਤਾ ਹੁਣ ਵੀ ਅਸ਼wini ਸ਼ਰਮਾ ਜੀ ਇਸ ਦੌਰ ਦੇ ਇਲੈਕਸ਼ਨ ਲੜ ਰਹੇ ਨੇ ਮੈਨੂੰ ਲੱਗਦਾ ਅਸ਼wini ਸ਼ਰਮਾ ਜੀ ਦੇ ਹੀ ਬੈਟਰ ਕੈਂਡੀਡੇਟ ਨੇ ਪਠਾਨਕੋਟ ਲਈ चीज ਹੋਰ ਮੈਂ ਤੁਹਾਨੂੰ ਪੁੱਛਣਾ ਚਾਹਨੀ ਆ ਤੁਸੀਂ ਅਸ਼ਵਨੀ ਸਿਰ ਦਾ ਨਾਮ ਲਿਆ ਮੈਂ ਤੁਹਾਨੂੰ ਕਿ ਜਿੱਦਾਂ ਕੱਲ ਸਾਡੇ ਪਠਾਨਕੋਟ ਸਿਟੀ ਦੇ ਵਿੱਚ ਮੋਦੀ ਜੀ ਆਏ ਨੇ ਸਾਡੇ ਪ੍ਰਧਾਨ ਮੰਤਰੀ ਆਏ ਨੇ ਤੁਹਾਨੂੰ ਕੀ ਲੱਗਦਾ ਆ ਉਹਨਾਂ ਦੇ ਆਉਣ ਦੇ ਨਾਲ ਜਿਹੜਾ ਆ ਉਹ ਜਨਤਾ ਦੇ ਉੱਤੇ ਕੋਈ ਅਸਰ ਹੋਇਆ ਹੋਏਗਾ ਕੁਝ ਮਤਲਬ ਬਦਲਾਅ ਵਾਂ ਮਤਲਬ ਜਿੱਦਾਂ ਬੀਜੇਪੀ ਨੂੰ ਲੈ ਕੇ ਕੁਝ ਉਹਨਾਂ ਨੇ ਨਿਰਾਸ਼ਾ ਸੀ ਉਹ ਠੀਕ ਹੋਈ ਹੋਏਗੀ ਬਿਲਕੁਲ ਕੱਲ ਪ੍ਰਧਾਨ ਮੰਤਰੀ ਜੀ ਦੇ ਆਨ ਨਾਲ ਜੋ ਮੈਂ ਅਖਬਾਰਾਂ 'ਚ ਵੀ ਪੜਿਆ ਆ ਜੋ ਜਿਸ ਤਰ੍ਹਾਂ ਜਿੰਨੀ ਕ ਜਨਤਾ ਉੱਥੇ ਆਈ ਦੀ ਸੀ ਆਸ-ਪਾਸ ਦੀ ਸਭ ਕੌਨਸਟਿਟਿਊਐਂਸੀਜ਼ ਦਾ ਅਸਰ ਹੋਏਗਾ ਭਾਜਪਾ ਪਲੱਸ ਜਾਏਗਾ ਪ੍ਰਧਾਨ ਮੰਤਰੀ ਜੀ ਨੂੰ ਵੀ ਵੋਟ ਪੈਣਗਾ ਉਹਦੇ ਨਾਲ ਜਿਵੇਂ ਉਹਨਾਂ ਨੇ ਕਿਹਾ ਮੈਂ ਬਾਰਡਰ ਏਰੀਆ ਡਿਵੈਲਪਮੈਂਟ ਦੇ ਲਈ ਬੋਰਡ ਬਣਾਵਾਂਗੇ ਸਾਡੇ ਇਸ ਡਿਸਟ੍ਰਿਕਟ ਨੂੰ ਬਾਰਡਰ ਏਰੀਆ ਡਿਵੈਲਪਮੈਂਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਸ ਇਸੇ ਕਾਰਨ ਹੀ ਸਾਡਾ ਡਿਸਟ੍ਰਿਕਟ ਜੇ ਸਭ ਕੁਝ ਹੁੰਦੇ ਹੋਏ ਵੀ ਅਸੀਂ ਪਿਛੜੇ ਹੋਏ ਡਿਸਟ੍ਰਿਕਟ ਨੂੰ ਕਿਹਾਣਿਆ ਸਾਡੇ ਪੂਰੇ ਪੰਜਾਬ ਦੇ ਵਿੱਚ ਸਾਡੇ ਡਿਸਟ੍ਰਿਕਟ ਦੀ ਘੱਟ ਡਿਵੈਲਪਮੈਂਟ ਹੈ ਉਸ ਦਾ ਕਾਰਨ ਹੀ ਆਇਆ ਹੈ ਕਿ ਇਥੇ ਨਾ ਇੰਡਸਟਰੀ ਹੈ ਨਾ ਇਥੇ ਕੋਈ ਬਿਜ਼ਨਸ ਦਾ ਹੱਬ ਹੈ ਸਾਰੀ ਇੰਡਸਟਰੀ ਸਾਡੀ ਨਾਲ ਦੀਆਂ ਸਟੇਟਾਂ ਚੱਲ ਗਈ ਹੈ ਹਿਮਾਚਲ ਤੇ ਜੀਐਨਕੇ ਦੇ ਵਿੱਚ ਅਗਰ ਕੋਈ ਬਾਰਡਰ ਏਰੀਆ ਨੂੰ ਸਾਡੇ ਏਰੀਆ ਨੂੰ ਕੋਈ ਫੈਸਿਲਿਟੀ ਮਿਲੇਗੀ ਤਾਂ ਡੈਫੀਨੇਟਲੀ ਸਾਡੇ ਏਰੀਆ ਦਾ ਵਿਕਾਸ ਹੋਏਗਾ ਉਸ ਦੇ ਨਾਲ ਫਰਕ ਪਏਗਾ ਤੁਹਾਨੂੰ ਪਤਾ ਹੈ ਕਿ ਚਾਰੇ ਪਾਰਟੀਆਂ ਆਪਣਾ ਪੂਰਾ ਜ਼ੋਰ ਲਗਾ ਰਹੀਆਂ ਆ ਕਿ ਜਿੱਤ ਦਾ ਸੇਰਾ ਉਹਨਾਂ ਦੇ ਸਿਰ ਤੇ ਆ ਜਾਏ ਪਰ ਜਿਹੜੀ ਆਮ ਜਨਤਾ ਆ ਉਹਨਾਂ ਦਾ ਕੀ ਵਿਚਾਰ ਹੈ ਦੇਖੋ ਜੀ ਆਮ ਜਨਤਾ ਨੇ 70 ਸਾਲ ਦਿੱਤੀਆਂ ਦੋਨਾਂ ਪਾਰਟੀਆਂ ਨੂੰ ਲੇਕਿਨ ਉਹਨਾਂ ਕੀਤਾ ਕੁਝ ਨਹੀਂ ਉਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਚੇਂਜ ਹੋਣੀ ਚਾਹੀਦੀ ਹੈ ਸਭ ਤੋਂ ਵੱਡਾ ਸਾਡੇ ਇਸ਼ੂ ਹੈਗਾ ਇਹ ਹੈ ਮੈਡੀਕਲ ਔਰ ਜਿਹੜੇ ਸਕੂਲ ਕਾਲਜ ਹੈਗੇ ਆ ਬਹੁਤ ਮਹਿੰਗੇ ਆ ਸਰ ਇੱਕ ਚੀਜ਼ ਮੈਂ ਤੁਹਾਨੂੰ ਹੋਰ ਪੁੱਛਣਾ ਚਾਹੁੰਦੀ ਹਾਂ ਕਿ ਜਿੱਦਾਂ ਕੇਜਰੀਵਾਲ ਵੱਲੋਂ ਜਾਂ ਮਤਲਬ ਆਮ ਆਦਮੀ ਪਾਰਟੀ ਵੱਲੋਂ ਇੱਕ ਚੀਜ਼ ਕਹੀ ਜਾਂਦੀ ਹੈ ਕਿ ਇਹਨਾਂ ਨੇ 1-1000 ਰੁਪਏ ਦਾ ਛਾਸਾ ਦਿੱਤਾ ਆ ਜਨਾਨੀਆਂ ਨੂੰ ਕਿ ਆਪਾਂ ਲੇਡੀਜ਼ ਨੂੰ ਕਿ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਪੈ ਜਾਣਗੇ ਕੁਝ ਲੇਡੀਜ਼ ਇਹਦਾ ਵਿਰੋਧ ਵੀ ਕਰ ਰਹੀਆਂ ਆ ਇਹ ਵੀ ਕਹਿ ਰਹੀਆਂ ਕਿ ਅਸੀਂ ਕੋਈ ਨਕਾਰਾ ਥੋੜੀ ਆ ਤੁਹਾਡਾ ਕੀ ਕਹਿਣਾ ਨਹੀਂ ਇਹਦੇ ਵਿੱਚ ਝਾਸਾ ਕੋਈ ਨਹੀਂ ਆ ਨਾ ਹੀ ਕੋਈ ਲਾਲਚ ਹੈਗਾ ਇਹ ਉਹਨਾਂ ਨੇ ਸਿਰਫ ਇੱਕ ਇਹ ਕੀਤਾ ਹੈ ਕਿ ਜਿਸ ਤਰ੍ਹਾਂ ਬਾਕੀ ਪਾਰਟੀਆਂ ਕਹਿੰਦੇ ਅਸੀਂ ਇਹ ਦੇਵਾਂਗੇ ਇਹਦੇ ਨੌਕਰੀਆਂ ਦੇਵਾਂਗੇ ਉਹਨਾਂ ਨੌਕਰੀਆਂ ਵਾਲੇ ਕੋਈ ਸਾਡਾ ਆਪਣੇ ਪ੍ਰੋਮਿਸ ਨਹੀਂ ਕੀਤਾ ਉਹਨਾਂ ਨੇ ਉਹਨਾਂ ਸਿਰਫ ਇਹੀ ਕਿਹਾ ਹੈ ਕਿ ਅਸੀਂ ਚਲੋ ਜਿਹੜੇ ਵਿਰੋਜ਼ਗਾਰ ਹੈਗੇ ਆ ਜਾਂ ਬਹੁਤੇ ਹੀ ਮਾੜੀਆਂ ਜਿਹੜੀਆਂ ਹੈਗੀਆਂ ਜਨਾਨੀਆਂ ਉਹਨਾਂ ਨੂੰ ਚਲੋ ਲੇਡੀਜ਼ ਨੂੰ ਥੋੜਾ ਬੋਤਾ ਮਹੀਨੇ ਦਾ ਬਤਾ ਮਿਲ ਜੇ ਹੋਰ ਕੁਝ ਨਹੀਂ ਇਹਦੀ ਪਿਆ ਇਹ ਸਾਡੀ ਸੜਕੀ ਨਾ ਬਿਲਕੁਲ ਟੁੱਟੀ ਦੀ ਸੜਕੀ ਮਾਣ ਜੀ ਇਹ ਚਲੋ ਉਹਨਾਂ ਦੇ ਅਸ਼ਵਨੀ ਸ਼ਰਮਾ ਉਸ ਵੇਲੇ ਹੈ ਸੀ ਵਿਧਾਇਕ ਤੇ ਉਹਨਾਂ ਨੇ ਸਾਨੂੰ ਬਣਵਾਤੀ ਮਤਲਬ ਇਹ ਸਾਡਾ ਜਿਹੜਾ ਨਾਲੇ ਦਾ ਗੰਦ ਹੈ ਨਾ ਬੜੇ 50 ਸਾਲ ਹੋ ਗਿਆ ਇਹ ਬਣਿਆ ਨਹੀਂ ਇਸ ਵਾਰੀ ਆਪਣੇ ਅਮਿਤ ਵੀਜੋ ਦੀ ਸਰਕਾਰ ਆਈ ਉਧਰ ਸਾਡੇ ਐਮ ਆਪਣੇ ਐਮ ਸੀ ਸਾਹਿਬ ਵਿਕਰਮ ਜੀ ਹੁੰਦੇ ਉਹਨਾਂ ਮੈਡਮ ਇਹ ਨਾਲ ਬਣਾਤਾ ਸਾਡੀ ਜਿੰਨੀ ਕੁ ਪ੍ਰੋਬਲਮਸ ਹੈ ਨਾ ਮਤਲਬ ਇਹ ਸੋਲਵ ਕੀਤੀ ਯਾਰ ਕਿ ਜਿੱਦਾਂ ਤੁਹਾਨੂੰ ਪਤਾ ਕਿ ਸਾਡੇ ਪਠਾਨਕੋਟ ਦੇ ਵਿੱਚ ਮਹਾ ਰੈਲੀਆਂ ਜੜੀਆਂ ਹੋ ਰਹੀਆਂ ਕੱਲ ਸਾਡੇ ਪ੍ਰਧਾਨ ਮੰਤਰੀ ਜੀ ਆਏ ਨੇ ਅੱਜ ਸਾਡੇ ਪ੍ਰਿੰਕਾ ਗਾਂਧੀ ਜੀ ਆਏ ਨੇ ਤੇ ਹੁਣ ਸ਼ਾਮ ਨੂੰ ਜਿਹੜੇ ਆ ਉਹ ਮਤਲਬ ਕੇਜਰੀਵਾਲ ਆ ਰਹੇ ਨੇ ਤੁਹਾਨੂੰ ਲੱਗਦਾ ਕਿ ਜਿਹੜੀ ਇਹ ਮਹਾ ਰੈਲੀਆਂ ਦੇ ਨਾਲ ਜਿਹੜੀ ਪਬਲਿਕ ਹੈ ਉਹ ਥੋੜੀ ਜੀ ਮਤਲਬ ਡਿਸਟਰਬ ਹੁੰਦੀ ਹੈ मैम एब्सोलूटली होती है ये महारैलियाँ जो निकलती हैं इन करके जो आम पब्लिक है उनको कहीं आने जाने में कोई प्रॉब्लम्स तो होती हैं ये सब सिस्टम होना चाहिए कोई अच्छे से बताओ कि क्या है कब कैसे क्या करना है, 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 है उसके ताकि रूट मैप हो ताकि आम पब्लिक को कोई जाना हो उनको कोई प्रॉब्लम ना हो बट अचानक से अगर ये रैलीज़ रख लेंगे ऐसे तो फिर सबके लिए तो प्रॉब्लम होगी मैम जी ये मतलब ए तो चलो एक जी जैन गई तो हूँ इलेक्शन लैके सर थोड़े की विचार ने की लगता कि पार्टी का जरा दबदबा ज़्यादा आया मैम देखो किसी पार्टी के अगेंस्ट तो मैं कुछ कह नहीं सकता कि दबदबा किसका है बट सारे जो कैंडिडेट्स हैं वर्कर्स हैं सब अपनी जगह मेहनत मार रहे हैं तो वो तो आपको ट्वेंटीएथ को ही पता लग जाएगा वोटिंग के बाद और टेंथ मार्च को जब रिजल्ट आएगा कि उसमें किसका दबदबा है क्या नहीं वो सब आपको तभी पता लग जाएगा ਸਰ ਤੁਹਾਡਾ ਮਤਲਬ ਤੁਹਾਡਾ ਕੀ ਕਹਿਣਾ ਹੈ ਤੁਸੀਂ ਮਤਲਬ ਤੁਹਾਨੂੰ ਕੀ ਲੱਗਦਾ ਕਿ ਤੁਹਾਨੂੰ ਕੀ ਲੱਗਦਾ ਕਿ ਜਿੰਨੀ ਮਤਲਬ ਡਵੈਲਪਮੈਂਟ ਤੁਸੀਂ ਚਾਹਦੇ ਹੋ ਉਹ ਕੌਣ ਕਰਵਾ ਸਕਦਾ ਮੈਮ ਦੇਖਿਏ ਡਵੈਲਪਮੈਂਟ ਪਿਛਲੇ 5 ਸਾਲ ਸੇ ਤੋਂ ਹੋਈ ਨਹੀਂ ਹੈ ਅਸ਼ਨੀ ਸ਼ਰਮਾ ਜੀ ਦੇ ਟਾਈਮ 'ਤੇ ਡਵੈਲਪਮੈਂਟ ਬਹੁਤ ਹੋਈ ਥੀ ਤਾਂ ਇਸ ਸਮੇਂ ਇਹ ਹੀ ਉਮੀਦ ਹੈ ਕਿ ਇਸ ਵਾਰ ਕੋਈ ਆਏ ਅੱਛੇ ਸੇ ਅਸ਼ਨੀ ਸ਼ਰਮਾ ਜੀ ਆਏ ਔਰ ਜੋ ਉਹਨਾਂ ਨੇ ਅਗਾਂਹੇ ਵਿਕਾਸ ਕੀਤਾ ਹੈ ਪਿਛੇ ਵਿਕਾਸ ਕੀਤਾ ਹੈ ਉਹ ਅੱਭੀ ਵਹੀ ਵਿਕਾਸ ਕਰਨਗੇ ਮੈਡਮ ਇਸ ਇਲੈਕਸ਼ਨ ਇਲਾਕੇ ਦਾ ਕਾਂਗਰਸ ਵਾਲੇ ਬਸ ਜਾਣ ਦੇ ਵੇਸੇ ਦੇਖੇ ਜਾਵੇ ਤੇ ਮੋਸਟਲੀ ਉਹ ਹੈ ਵੀ ਉਹਨਾਂ ਵਾਲੇ ਹੀ ਆ ਤੇ ਵੈਸੇ ਗੁੱਡ ਵਰਕ ਕਰ ਰਹੇ ਆ ਕਾਮਯਾਬੀ ਨਾਲ ਬਹੁਤ ਵਧੀਆ ਗਿਆ ਮੌਜੂਦਾ ਜਦੋਂ ਇਹ 5 ਸਾਲ ਇਹਨਾਂ ਨੇ ਵਰਕ ਕੀਤਾ ਆ ਮਤਲਬ ਤੁਸੀਂ ਉਹਨਾਂ ਦੇ ਕੰਮਾਂ ਤੋਂ ਖੁਸ਼ ਹੋ ਹਾਂਜੀ ਮੈਡਮ ਕਾਫੀ ਹੱਦ ਤੱਕ ਖੁਸ਼ ਹੈ ਗਿਆ ਇੱਕ ਚੀਜ਼ ਸਰ ਜੀ ਮੈਂ ਤੁਹਾਨੂੰ ਹੋਰ ਪੁੱਛਣਾ ਚਾਹਨੀ ਆ ਕਿ ਜਿੱਦਾਂ ਸਾਡੇ ਚੰਨੀ ਸਾਹਿਬ ਜੜੇ ਆ ਉਹ ਸੀਐਮ ਬਣਨ ਦੇ ਨਾਲ ਕੀ ਇਸ ਪਾਰਟੀ ਨੂੰ ਫਰਕ ਪਏਗਾ ਬਿਲਕੁਲ ਸਹੀ ਗੱਲ ਆ ਜਦੋਂ ਮਿਲ ਗਈ ਚੰਨੀ ਜੀ ਬਣਿਆ ਜਰੂਰ ਹੈ ਕਾਫੀ ਮਿਲ ਗਈ ਗਰੋਥ ਕੀਤਾ ਉਹਨਾਂ ਨੇ ਮਤਲਬ ਕਿ ਕਾਫੀ ਜੂਤ ਮਿਲ ਗਈ ਹੈਗਾ ਆਪਣਾ ਐਸ்சி ਭਾਈ ਜਰਾ ਜਿੰਨਾ ਵੀ ਹੈਗਾ ਸਾਰਾ ਨਾਲ ਜੁੜਿਆ ਹੈਗਾ ਉਹਨਾਂ ਨਾਲ ਕਿਉਂਕਿ ਐਜ਼ ਅ ਗੁੱਡ ਪਰਸਨ ਆ ਗਿਆ ਦੇਖਣ ਚ ਵੀ ਮਿਲ ਕੇ ਕੰਮ ਨਾਲ ਸਭ ਬੜੀ ਕਿਤੇ ਆ ਹਾਂ ਚਲੋ ਖਾਮੀਆਂ ਤਾਂ ਹਰ ਪਾਰਟੀ ਚ ਹੁੰਦੀਆਂ ਮਾੜੀ-ਮੋਟੀ ਪਰ ਫਿਰ ਵੀ ਗੁੱਡ ਜਿੱਦਾਂ ਯੂਥ ਜਿਹੜਾ ਆ ਉਹ ਚਿਲਾ ਚਿਲਾ ਕੇ ਕਹਿ ਰਿਹਾ ਕਿ ਉਹਨਾਂ ਨੂੰ ਇਸ ਵਾਰ ਬਦਲਾਅ ਚਾਹੀਦਾ ਆ ਕਿ ਉਹ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੀਆਂ ਦੋਨੋਂ ਪਾਰਟੀਆਂ ਕੁਝ ਨਹੀਂ ਕੀਤਾ ਉਹਨਾਂ ਨੇ ਤੇ ਇਹ ਉਹ ਬਦਲਾਅ ਚਾਹੁੰਦੀਆਂ ਤੁਹਾਡਾ ਕੀ ਕਹਿਣਾ ਆ ਐਜ਼ ਅ ਯੂਥ ਹੋਣ ਦੇ ਨਾਤੇ ਮੇਰਾ ਤੇ ਇਹੀ ਕਹਿਣਾ ਹੈ ਕਿ ਇਸ ਵਾਰੀ ਬਦਲਾਅ ਚਾਹੀਦਾ ਆ ਉਹ ਇਸ ਕਰਕੇ ਕਿ ਸਾਡੇ ਐਮਐਲਏ ਸਾਹਿਬ ਨੇ ਜੋ ਵਾਅਦੇ ਕੀਤੇ ਉਹ ਅਜੇ ਤੱਕ ਕੋਈ ਪੂਰਾ ਨਹੀਂ ਹੋਇਆ ਕੋਈ ਯੂਥ ਨੂੰ ਜੋਬਸ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਅਨਇਮਪਲੋਇਮੈਂਟ ਹਰ ਚੀਜ਼ ਉੱਥੇ ਦੀ ਉੱਥੇ ਆ ਇਸ ਕਰਕੇ ਇਸ ਵਾਰ ਇਹ ਪੂਰਾ ਸਾਰੇ ਆਪਣੇ ਯੂਥ ਨੂੰ ਸਮਝਾ ਰਹੇ ਆ ਕਿ ਇਸ ਵਾਰੀ ਸਾਨੂੰ ਬਦਲਾਅ ਚਾਹੀਦਾ ਸਰ ਬਿਲਕੁਲ ਜਿੱਦਾਂ ਮੈਂ ਪਹਿਲਾਂ ਵੀ ਇੱਕ ਕਾਉਸ਼ਨ ਕੀਤਾ ਆ ਕਿ ਯੂਥ ਬਿਲਕੁਲ ਬਦਲਾਅ ਚਾਹੁੰਦਾ ਆ ਪਰ ਜਦੋਂ ਯੂਥ ਦੀ ਗੱਲ ਇਹ ਪਾਰਟੀ ਨੇ ਵੀ ਨਹੀਂ ਮੰਨੀ ਤੇ ਫਿਰ ਯੂਥ ਕੀ ਕਰੇਗਾ ਦੇਖੋ ਇਸ ਵਾਰੀ ਤੇ ਅਸੀਂ ਆਪਣਾ ਮਨ ਬਣਾ ਲਿਆਦਾ ਕਿ ਅਸੀਂ ਮੌਕਾ ਦੇਣਾ ਅਸੀਂ ਬਦਲਾਵ ਲਿਆਣਾ ਹੁਣ ਬਾਕੀ ਡਿਪੈਂਡ ਕਰਦਾ ਅਗਰ ਸਾਡੇ ਪਠਾਨਕੋਟ ਦੇ ਲੋਕ ਸਮਝਦਾਰ ਆ ਐਜੂਕੇਟਿਡ ਹੈ ਤੋ ਬਦਲਾਵ ਲਿਆਣਗੇ ਸਾਨੂੰ ਸਰ ਇੱਕ ਚੀਜ਼ ਹੋਰ ਜਿੱਦਾਂ ਮਤਲਬ ਆਪਣੇ ਭਗਵੰਤ ਮਾਨ ਜੀ ਵੱਲੋਂ ਕਿਹਾ ਜਾਂਦਾ ਆ ਕਿ ਉਹ ਤੇ ਇੱਕ ਆਰਟਿਸਟ ਨੇ ਹਨਾ ਉਹ ਤੇ ਸਿਰਫ ਫਿਲਮਾਂ ਚ ਹੀ ਕੰਮ ਕਰ ਸਕਦੇ ਨੇ ਉਹ ਪੰਜਾਬ ਦੀ ਡਿਵੈਲਪਮੈਂਟ ਨਹੀਂ ਕਰਾ ਸਕਦੇ ਤੁਹਾਡਾ ਕੀ ਕਹਿਣਾ ਹੈ ਭਗਵੰਤ ਮਾਨ ਜੀ ਬਾਰੇ ਮੇਰਾ ਇਹੀ ਕਹਿਣਾ ਹੈ ਕਿ ਉਹ ਇੱਕ ਅੱਛੀ ਸ਼ਵੀ ਵਾਲੇ ਇਨਸਾਨ ਆ ਜਿਨ੍ਹਾਂ ਤੇ ਅੱਜ ਤੱਕ ਕਿਸੇ ਤਰ੍ਹਾਂ ਦਾ ਕੋਈ ਇਲਜ਼ਾਮ ਨਹੀਂ ਲੱਗਿਆ ਬਾਕੀ ਤੁਸੀਂ ਇਹਨਾਂ ਦੇ ਸੀਐਮ ਕੈਂਡੀਡੇਟ ਦੇਖ ਲਓ ਚੰਨੀ ਜੀ ਦਾ ਹੁਣੇ ਤੇ ਰੀਸੈਂਟ ਦੇਖਿਆ ਉਸ ਤੋਂ ਪਹਿਲਾਂ ਤੁਸੀਂ ਹੋਰ ਉਹਨਾਂ ਦਾ ਵੀ ਦੇਖ ਲਓ ਕਿ ਆਪਸ ਵਿੱਚ ਕੋਈ ਇਹਦਾ ਡਿਸਾਈਡ ਨਹੀਂ ਆ ਪਰ ਭਗਵੰਤ ਮਾਨ ਜੀ ਇੱਕ ਅੱਛੇ ਸ਼ਵੀ ਵਾਲੇ ਇਨਸਾਨ ਹੈ ਸਾਨੂੰ ਇਸ ਵਾਰੀ ਆਸ ਹੈ ਕਿ ਉਹੀ ਸਾਡੇ ਸੀਐਮ ਬਣਨਗੇ ਜਿਦਾ ਤੁਹਾਨੂੰ ਪਤਾ ਹੈ ਕਿ ਸੀਐਮ ਦੇ ਤਿੰਨ ਚਿਹਰੇ ਜਿਹੜੇ ਆ ਉਹ ਸਾਡੇ ਸਾਹਮਣੇ ਆ ਚੁੱਕੇ ਨੇ ਤੇ ਤੁਹਾਨੂੰ ਕੀ ਲੱਗਦਾ ਆ ਇੰਨਾਂ ਵਿੱਚੋਂ ਕਿਹੜਾ ਹੈ ਉਹ ਜਿਹੜਾ ਚਿਹਰਾ ਆ ਕਿ ਜਿਹੜਾ ਸਾਡੀ ਡਵੈਲਪਮੈਂਟ ਕਰਵਾ ਸਕਦਾ ਆ ਤੇ ਸਾਡੀ ਸਿਟੀ ਨੂੰ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਗਵਰਨਮੈਂਟ ਜਿਹੜੀ ਆ ਉਹ ਡਵੈਲਪਮੈਂਟ ਹੋ ਸਕਦੀ ਆ ਅਕੋਰਡਿੰਗ ਟੂ ਮੀ ਭਗਵੰਤ ਮਾਨ ਜੀ ਜਿਹੜੇ ਨੇ ਇਹ ਵਧੀਆ ਡਵੈਲਪਮੈਂਟ ਕਰ ਸਕਦੇ ਨੇ ਪੰਜਾਬ ਦੀ ਬਸ ਐਸ ਕੰਪੇਅਰ ਟੂ ਅਦਰ ਪਾਰਟੀਆਂ ਕਿਉਂਕਿ ਉਹ ਇੱਕ ਇਕਲੌਤੇ ਐਸੇ ਉਮੀਦਵਾਰ ਨੇ ਜਿਹੜੇ ਲੋਕ ਸਭਾ ਦੇ ਵਿੱਚ ਪੂਰੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਨੇ ਤੇ ਸਾਰਿਆਂ ਨੂੰ ਪਤਾ ਜਦੋਂ ਪੰਜਾਬੀ ਗਰਜਦਾ ਉਦੋਂ ਉਹਦੇ ਅੱਗੇ ਕਿਸੇ ਦੀ ਨਹੀਂ ਚੱਲਦੀ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਆ ਪਰ ਕੁਝ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਕਿ ਲੋਕ ਕਹਿੰਦੇ ਨੇ ਕਿ ਉਹ ਤੇ ਸਿਰਫ ਇੱਕ ਆਰਟਿਸਟ ਨੇ ਤੇ ਉਹ ਫਿਲਮਾਂ ਹੀ ਕਰ ਸਕਦੇ ਨੇ ਉਹ ਪੰਜਾਬ ਨੂੰ ਨਹੀਂ ਚਲਾ ਸਕਦੇ ਤੁਹਾਡਾ ਕੀ ਕਹਿਣਾ ਹੈ ਇਹ ਬਿਲਕੁਲ ਗਲਤ ਕਮੈਂਟ ਹੈ ਮੇ ਅਕੋਰਡਿੰਗ ਟੂ ਮੀ ਕਿਉਂਕਿ ਉਹ ਜੇ ਕੱਲੇ ਆਰਟਿਸਟ ਨੇ ਜਾਂ ਉਹ ਕੰਮ ਨਹੀਂ ਕਰਵਾਉਂਦੇ ਤੇ ਉਹ ਆਪਣੇ ਹਲਕੇ ਦੇ ਵਿੱਚ ਦੋ ਦੋ ਬਾਰ ਨਹੀਂ ਉਹ MP ਦੀ ਸੀਟ ਕੱਢਦੇ ਫਾਸਟਵੇ ਪਠਾਨਕੋਟ ਕੀ ਹਰ ਖਬਰ ਕੋ ਸੋਸ਼ਲ ਮੀਡੀਆ ਪਰ ਦੇਖਣੇ ਲਈ ਆਪ ਫਾਸਟਵੇ ਨਿਊਜ਼ ਪਠਾਨਕੋਟ ਤੇ YouTube ਚੈਨਲ Facebook ਪੇਜ ਕੋ ਲਾਈਕ ਕੀਜੀਏ ट्विटर और इंस्टाग्राम पेज को फॉलो कीजिए और फास्टवे न्यूज़ पठानकोट YouTube चैनल को सब्सक्राइब करना ना भूलें